ਅੱਜ ਫਾਈਨਲੀ ਉਹਦੇ ਨਾਲ ਆ ਗਿਆ ਜਦੋਂ ਮੈਂ ਆਪਣਾ ਘਰ ਛੱਡ ਕੇ ਜਾ ਰਿਹਾ। ਅਤੇ ਅੱਜ ਦੀ ਰਾਤੀ ਮੇਰੀ ਇਹ ਕੈਨੇਡਾ ਦੀ ਫਲਾਈਟ ਹੈ। ਖੁਸ਼ੀ ਵੀ ਹੈ ਅਤੇ ਥੋੜ੍ਹਾ ਦੁੱਖ ਵੀ ਹੈ। ਚਲੋ ਮਿਲਦੇ ਹਾਂ ਜੀ ਰਸਤੇ 'ਚ। ਟਾਈਮ ਆ ਗਿਆ ਜੀ ਆਪਣੇ ਘਰ ਨੂੰ ਬਾਏ ਬਾਏ ਕਰਨ ਦਾ। ਬਸ ਬਾਬੇ ਮਿਹਰ ਕਰਨ ਤਾਂ ਕਿ ਮੇਰੀ ਜਰਨੀ ਸਫਲ ਰਹੇ ਅਤੇ ਮੈਂ ਸਹੀ ਸਲਾਮਤ ਕੈਨੇਡਾ ਪਹੁੰਚਿਆ। ਚਲੋ ਜੀ ਜੀ ਦੋਸਤੋ, ਦਿੱਲੀ ਏਅਰਪੋਰਟ 'ਤੇ ਪਹੁੰਚ ਗਏ ਹਾਂ ਅਤੇ ਮੈਂ ਆਪਣਾ ਫਲਾਈਟ ਦਾ ਚੈੱਕ ਇਨ ਕਰ ਲਿਆ ਅਤੇ ਫਲਾਈਟ ਮੇਰੀ ਡਿਲੇਅ ਹੋ ਗਈ ਥੋੜ੍ਹੀ। ਪਹਿਲਾਂ 1:25 'ਤੇ ਤੁਰਨੀ ਸੀ ਰਾਤੀ, ਹੁਣ 2:20 'ਤੇ ਤੁਰਨੀ ਹੈ। ਅਤੇ ਹੁਣ ਚਲੋ ਦਿੱਲੀ ਏਅਰਪੋਰਟ 'ਤੇ ਘੁੰਮਦੇ ਫਿਰਦੇ ਹਾਂ ਥੋੜ੍ਹਾ ਜਿਹਾ। ਹਾਲੇ ਵੀ ਨਹੀਂ ਟਿਕਦੇ, ਜਹਾਜ਼ 'ਚ ਬਹਿ ਕੇ ਵੀ ਐਂਗਰੀ ਬਰਡ। ਇਹਨਾਂ ਨੇ ਜਾਣਾ ਕੈਨੇਡਾ, ਇਹਨਾਂ ਨੇ ਜਾਣਾ। ਲਓ ਜੀ ਹੁਣ ਉਹ ਟਾਈਮ ਆ ਗਿਆ ਕਿ ਹੁਣ ਅਸੀਂ ਹਾਂਗਕਾਂਗ ਤੋਂ ਜਾਣਾ ਵੈਨਕੂਵਰ। ਅਤੇ ਇੱਥੇ ਜੀ ਹੁਣ ਵੈਨਕੂਵਰ ਏਅਰਪੋਰਟ 'ਤੇ ਅਸੀਂ, ਬਸ ਬੋਰਡਿੰਗ ਟਾਈਮ ਸਾਡਾ ਆਉਣ ਵਾਲਾ ਨੇੜੇ ਹੀ ਆ। ਇੱਥੋਂ ਅਸੀਂ ਜਾਣਾ ਅਤੇ ਨਾਲ ਆਪਣੇ ਵੀਰ ਭਰਾ ਉਹ ਵੀ ਵੈਨਕੂਵਰ ਹੀ ਚੱਲੇ ਆ ਅਤੇ ਇਹਨਾਂ ਦੇ ਨਾਲ ਹੀ ਹਾਂ ਆਪਾਂ ਵੀ। ਚਲੋ ਜੀ ਅੱਗੇ ਮਿਲਦੇ ਹਾਂ ਫਿਰ। ਹਾਂਜੀ ਕਿੱਦਾਂ ਫਿਰ? ਵਲੌਗ ਵਾਲੇ ਬੰਦੇ ਚੇਂਜ ਹੋ ਗਏ ਨੇ ਤੇ ਬੰਦਾ ਸਾਡਾ ਗਿਆ ਪਹੁੰਚ। ਹਾਂਜੀ ਕਿੱਦਾਂ ਦਾ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਹੇ ਜੀ। ਕਹਿੰਦੇ ਇਮੀਗ੍ਰੇਸ਼ਨ ਵਾਲੇ ਨੇ ਕੁੱਟਿਆ ਵਾਲਾ। ਉਹ ਕਹਿੰਦੇ ਰਸ਼ੀਪ ਲੈਣ ਆਇਆ ਤਾਂ ਕਰਕੇ ਕੁੱਟਿਆ। ਆ ਕੀ ਸੇਬੇ ਦੇ ਬੰਨੇ ਟੈਚੀ ਨੇ? ਯੂ ਐਸ ਦਾ ਮੈਂ ਮੁੰਡੇ ਦੇ ਬੈਗ ਚੈੱਕ ਕਰ ਲਓ ਇੱਕ ਵਾਰੀ। ਕੀ ਗੱਲ ਹੈ, ਰੇਵਨ ਰੂਵਨ ਬੜੇ ਲਾਏ ਨੇ। ਉਹ ਤੇਰੀ ਜੁੜੀ ਵਾਲੇ ਰਹਿ ਗਏ ਸੀ ਨਾ ਇੰਡੀਆ। ਮੈਂ ਚਿੱਟੇ ਰੀਬਨ ਪਾਉਂਦਾ, ਇਹੋ ਜਿਹੇ ਤੂੰ ਪਾਉਂਦਾ ਹੁੰਦਾ ਹਾਂ। ਪਿੰਕ ਕਿੱਥੇ ਤੇਰਾ? ਕਾਲ ਰੀਬਨ ਪਾਉਂਦਾ ਹੁੰਦਾ ਮੈਂ। ਹੁਣ ਤੇ ਵੀ ਚੜ੍ਹਦੇ, ਚੱਲ ਸ਼ੂਗਰ ਛੱਡਦੇ ਆ ਸਾਡੇ ਤੇ। ਅੱਜ ਮੇਰੀ ਕਰੀ ਜਾਂਦੇ ਹੋ, ਦੇਖ ਲਾ ਤੈਨੂੰ। ਅੰਗਲ ਮਾਰੀ ਪੇੜ ਨਹੀਂ ਯਾਰ, ਅੱਜ ਤੇ ਪੇੜ ਟੈਕਸੀ ਦੀ ਵੇਟ ਹੋ ਰਹੀ ਹੈ ਜੀ। ਮੁੰਡਾ ਪਹੁੰਚ ਗਿਆ, ਪੱਗ ਪੁਗ ਸੈੱਟ ਕਰ ਰਿਹਾ, ਕਹਿੰਦੇ ਜਹਾਜ਼ ਹਿੱਲਦਾ ਵਾਲਾ ਹੀ। ਮੱਛ ਨੂੰ ਵੜਤਾ ਦੇ ਯਾਰ, ਕਿੱਦਾਂ ਦਾ ਲੱਗ ਰਿਹਾ? ਸ਼ਰਮਾਨੀ ਕਾਤੇ ਹੈ? ਸ਼ਰਮਾਣਾ ਕਿਉਂ? ਉਹ ਦੇਖ ਲਾ। ਹਾਂਜੀ ਮੁੰਡੇ ਮਾਂਡੇ ਚੁੱਕ ਲਿਆ ਜੀ, ਕਿੱਦਾਂ ਵੀਰੇ? ਅਤੇ ਚੱਲੇ ਹਾਂ ਹੁਣ ਘਰ ਨੂੰ ਮੁੰਡਿਆਂ ਨੂੰ ਲਾਉਣ, ਅਤੇ ਉੱਥੇ ਆ ਕੇ ਦੋਨੇ ਕਿੱਦਾਂ ਹੋਗਾ ਜੀ? ਬਹੁਤ ਵਧੀਆ ਜੀ, ਤੁਸੀਂ? ਬਾਈ ਫਾਰ ਕਿੱਦਾਂ ਲੱਗਾ ਕੈਨੇਡਾ? ਬਹੁਤ ਸੋਹਣਾ ਜੀ, ਹਾਈਵੇ ਦਿਖਾ ਤਾ ਮੁੰਡੇ ਨੂੰ ਕੈਨੇਡਾ ਦਾ। ਅਤੇ ਸੀਤਲ ਤੁਹਾਨੂੰ ਪਤਾ ਹੀ ਆ, ਸ਼ੂਗਰ ਮੇਲਾ ਲਾਈ ਜਾਂਦਾ ਆਫ ਕੈਮਰਾ।
ਹਾਂ ਜੀ ਫਿਰ ਯਾਰ ਅੰਗਦ ਨੂੰ ਜਿੱਥੇ ਉਹਨੇ ਜਾਣਾ ਸੀਗਾ ਛੱਡਤਾ ਅਤੇ ਉਹ ਥੋੜ੍ਹਾ ਯਾਰ ਉਹਨੂੰ ਟਾਈਮ ਦੇ ਦਈਏ, ਥੱਕਿਆ ਬਹੁਤ ਸੀਗਾ ਅਤੇ ਸੈਟਲ ਡਾਊਨ ਹੋ ਜਾਵੇ ਥੋੜ੍ਹਾ ਜਿਹਾ ਅਤੇ ਵਲੋਗ ਨਹੀਂ ਕੀਤਾ ਉਸ ਤੋਂ ਬਾਅਦ, ਬਸ ਲਾਸਟ ਉਹੀ ਗੱਡੀ 'ਚ ਬੈਠੇ ਜੋ ਵਲੋਗ ਕੀਤਾ ਅਤੇ ਹੁਣ ਮਾੜਾ ਜਿਹਾ ਬੈਠੇ ਸੀਗੇ ਟਿਮ ਭਾਈ ਦੀ ਹੱਟੀ 'ਤੇ, ਕਾਫੀ ਕੂਫੀ ਪੀ ਰਹੇ ਸੀਗੇ ਅਤੇ ਸੀਤਲ ਭਾਅ ਜੀ ਹੋਣੀ ਮੇਰੇ ਨਾਲ ਆ ਬੈਠੇ ਹੱਸੀ ਜਾਂਦੇ ਪਿੱਛੇ ਦੇਖ ਦੇਖ ਕੇ, ਬਸ ਇਹੀ ਕਹਿਣਾ ਸੀਗਾ ਅਤੇ